ਪਿਛਲੇ ਸਾਲ ਦੀ ਰਹਿੰਦੀ ਹੈ ਜੀ ਇਹਨਾਂ ਦੀ 9 acres ਦੀ ਜ਼ਮੀਨ ਦੀ ਬੋਲਦੀ ਨਹੀਂ ਕੋਈ ਕਿਉਂ ਉਹ ਪਤਾ ਰੇਟ ਵੱਧ ਸੀ ਸਰ ਰੇਟ ਵੀ ਸਰ ਮੈਂ ਦੱਸਦਾ ਜੀ 48,000 ਰੁਪਏ ਪੈਂਦਾ ਜੀ 4,80,000 10 ਏਕੜ ਦਾ ਟੱਕਰ ਸਰ ਉਹ ਜਿ ਰਾਜਨੀਤਿਕ ਉੱਥੇ ਇੰਨੀ ਕੁ ਇੰਟਰਫੇਅਰ ਹੋਈ ਹੋਈ ਹੈ ਜੀ ਜੇ ਕੋਈ ਉਹ ਕਰਦੇ ਆ ਜੀ ਉਹ ਪਾਸ ਨਹੀਂ ਹੁੰਦੀ ਜੀ ਉੱਪਰ ਡੀ ਡੀ ਪੀ ਸਾਹਿਬ ਦੀ ਪੋਲੀਟੀਕਲ ਆਪਾਂ ਨੂੰ ਕੰਮ ਚਾਹੀਦਾ ਬਸ ਕਿਤੇ ਵੀ ਤੁਹਾਨੂੰ ਲੱਗਦੀ ਹੈ ਕੋਈ ਥੋੜ੍ਹਾ ਕੋਈ ਰੋਕਦਾ ਕਰ ਲਾਂਗੇ मीटिंग हुई आ किस संबंध ਦੇ ਵਿੱਚ ਸੀਗੀ ਤੇ ਕੀ ਨਵੀਆਂ ਹਦਾਇਤਾਂ ਨੇ ਸਰ ਨਹੀਂ ਹਦਾਇਤਾਂ ਕੋਈ ਨਹੀਂ ਜੀ ਅੱਜ ਦੀ ਮੀਟਿੰਗ ਇੱਕ ਤਾਂ ਜਾਣ ਪਛਾਣ ਵਾਸਤੇ ਸੀਗੀ ਸਾਰੇ ਜਿੰਨੇ ਵੀਡੀਓ ਦਫ਼ਤਰ ਨਾਲ ਸੰਬੰਧਿਤ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਜਾਣ ਪਛਾਣ ਹੋ ਗਈ ਇੱਕ ਜਿਹੜਾ ਹੁਣ ਅਗਲੀ ਜਿਹੜੀ ਹੈਗਾ ਪਿੰਡਾਂ ਦੇ ਜਿਹੜਾ ਵਿਕਾਸ ਵਾਸਤੇ ਉਹਦੇ ਸੰਬੰਧ 'ਚ ਜਿਹੜੀ ਚਰਚਾ ਅੱਜ ਹੋਈ ਹੈ ਸੋ ਸਾਰਾ ਫਰੈਂਡਲੀ ਜਿਹੜਾ ਅੱਜ ਹੈਗਾ ਤਾਲਮੇਲ ਸਾਰਿਆਂ ਨਾਲ ਹੋਇਆ ਸੋ ਚੰਗਾ ਕੰਮ ਸਾਰੇ ਜਿਹੜੇ ਮੁੰਡੇ ਆ ਉਹਨਾਂ 'ਚ ਸਾਰਿਆਂ 'ਚ ਜਜ਼ਬਾ ਚੰਗਾ ਕੁਛ ਕਰਕੇ ਦਿਖਾਉਣ ਦੀ ਉਹਨਾਂ ਦੀ ਸੋਚ ਵੀ ਹੈਗਾ ਸੋ ਸਾਰਿਆਂ ਨੂੰ ਵਧਾਈ ਦੇ ਪਾਤਰ ਨੇ ਸਾਰੇ ਇਕੱਠੇ ਹੋ ਕੇ ਅੱਜ ਜਿਹੜੀ ਚਾਹ ਦੀ ਕੱਪੀ ਸਾਂਝੀ ਕੀਤੀ ਸਰ ਜਿਵੇਂ ਪੰਚਾਇਤ ਮੰਤਰੀ ਪੰਜਾਬ ਨੇ ਬਿਆਨ ਦਿੱਤਾ ਸੀਗਾ ਕਿ ਜਿਹੜੇ ਸਰਪੰਚਾਂ ਨੇ ਮਤਲਬ ਘਪਲਾ ਕੀਤਾ ਜਾਂ ਉਦਾਂ ਦੇ ਬਿਆਨ ਆਏ ਸੀਗੇ ਤੁਸੀਂ ਉਸ ਸੰਦਰਭ ਦੇ ਵਿੱਚ ਕੁਝ ਕਹਿਣਾ ਚਾਹੋਗੇ ਜੀ ਦੇਖੋ ਜੀ ਉਹ ਸਾਡੇ ਮੰਤਰੀ ਜੀ ਨੇ ਉਹ ਇਸ ਮਹਿਕਮੇ ਦੇ ਮੰਤਰੀ ਨੇ ਜੇ ਕਿਸੇ ਨੇ ਕੋਈ ਗਲਤ ਕੀਤਾ ਉਹ ਬਾਕੀ ਉਹਦੀ ਜਾਂਚ ਹੋਣੀ ਚਾਹੀਦੀ ਹੈ ਤੁਸੀਂ ਹੁਣ ਇੱਥੇ ਵੀਡੀਓ ਪੰਚਾਇਤ ਸੈਕਟਰੀਆਂ ਨਾਲ ਮੀਟਿੰਗ ਕੀਤੀ ਹੈ ਕੁਝ ਇਹੋ ਜਿਹੀ ਗੱਲ ਸਾਹਮਣੇ ਆਈ ਹੈ ਜਿਹੜੀ ਜਾਂਚ ਦੇ ਵਿਸ਼ੇ ਤੇ ਹੋਵੇ ਸਰ ਸਰ ਅੱਜ ਦਾ ਤਾਂ ਸਾਡਾ ਚਾਹ ਦੀ ਕੱਪੀ ਸਾਂਝੀ ਕਰਨ ਦਾ ਇੱਕ ਦੂਜੇ ਦੇ ਨਾਲ ਜਾਣ ਪਛਾਣ ਸੀ ਸੋ ਇਹ ਤਾਂ ਹਜੇ ਬਾਅਦ ਦੀਆਂ ਗੱਲਾਂ ਨੇ ਕੀ ਹੋਣਗੇ ਪਰ ਮੁੰਡਿਆਂ 'ਚ ਜਜ਼ਬਾ ਬਹੁਤ ਹੈ ਚੰਗਾ ਕੁਛ ਕਰਕੇ ਦਿਖਾਉਣਗੇ ਆਉਣ ਵਾਲੇ ਸਮੇਂ 'ਚ ਦੇਖਣਗੇ ਵੀ ਪਹਿਲੀ ਜਿਹੜੀ ਕੋਈ ਸ਼ੁਰੂਆਤ ਚੰਗੀ ਆ ਹਲਕੇ ਸਮਾਣੇ ਤੋਂ ਹੋਊਗੀ ਔਰ ਬਲਾਕ ਪਟਿਆਲੇ ਤੋਂ ਸ਼ੁਰੂਆਤ ਹੈ ਜਿਹੜੀ ਹੋਈ MLA ਸਮਾਣਾ ਦੀ ਗੱਲ ਕਰੀਏ ਤੇ ਸਮਾਣੇ ਹਲਕੇ ਦੇ ਵਿੱਚ ਕੋਈ ਵਧੀਆ ਪ੍ਰੋਜੈਕਟ ਔਰ ਕਦੋਂ ਤੱਕ ਆ ਸਕਦਾ ਜੀ ਦੇਖੋ ਜੇ ਤਾਂ ਅਸੀਂ ਨਵੇਂ ਅੱਜ ਤਾਂ ਸਾਨੂੰ ਇਹ ਨਹੀਂ ਪਤਾ ਸਾਡੀਆਂ ਪਾਵਰਾਂ ਕੀ ਨੇ ਪਾਵਰਾਂ ਪਤਾ ਲੱਗੂਗਾ ਸਰਕਾਰ 'ਚ ਜਾਵਾਂਗੇ ਤਾਂ ਚੰਗਾ ਕੁਛ ਕਰਾਂਗੇ ਵਧੀਆ ਕਰਾਂਗੇ ਇੰਡਸਟਰੀ ਲੈ ਕੇ ਆਵਾਂਗੇ ਸਕੂਲ ਚੰਗੇ ਕਰਾਂਗੇ ਹੈਲਥ ਚੰਗੀ ਕਰਾਂਗੇ ਸੋ ਪ੍ਰਾਇਓਰਟੀ ਆ ਜੀ